ਹੈਲੋ ਹੈਲੋ ਹਾਂਜੀ ਸਰ ਬੇਟੇ ਕੌਣ ਬੋਲਦੇ ਹੋ? ਇੱਕ ਮਿੰਟ ਕਾਕਾ, ਇੱਕ ਮਿੰਟ ਹੁਣ। ਹੈਲੋ ਕੌਣ ਬੋਲਦੇ ਬੇਟੇ? ਆਕਾਸ਼ ਸਰ। ਆਕਾਸ਼ ਬੇਟੇ ਗੱਲ ਬਾਤ ਕੀ ਹੋਈ, ਕ੍ਰਿਸ਼ਮਾ ਕਿਉਂ, ਕਾਰਨ ਕਿਆ ਹੈ ਝਗੜੇ ਕਾ? ਸਰ ਇਹ ਕੱਚਾ ਚੌਲ ਖਾਲੀ ਖਾਦੀ ਹੈ ਸਰ, ਹੈਂ ਕੱਚਾ ਚਾਵਲ ਖਾ ਰਹੀ ਥੀ, ਮੈਂ ਇਸਕੋ ਸਮਝਾਇਆ ਨਹੀਂ ਹੈ। ਜਦ ਕੱਚਾ ਚਾਵਲ ਖਾਤੀ ਹੈ ਆਪ ਇਸਕੋ ਸਮਝਾਤੇ ਹੋ, ਕੱਚਾ ਚਾਵਲ ਕੀ ਕਾਫੀ ਚਾਵਲ ਖਾ ਜਾਤੀ ਹੈ ਕਿ ਬਣਾ ਕਰ ਖਾਤੀ ਹੈ? ਸਰ ਕਾਫੀ ਖਾ ਜਾਤੀ ਹੈ ਇਸੇ। ਨਹੀਂ ਇਸਕੋ ਇਸਕੋ ਸਮਝਾਓ ਵੀ ਇਹ ਜੋ ਕੱਚਾ ਚਾਵਲ ਹੈ ਪੇਟ ਦਰਦ ਕਰਨੇ ਲੱਗੇਗਾ। ਸਰ ਨਹੀਂ ਸਮਝਤੇ, ਉਲਟਾ ਬੋਲਤੀ ਹੈ, ਮੇਰੇ ਕੋ ਥੱਪੜ ਲਗਾਤੀ ਹੈ, ਮੇਰੇ ਕੋ ਬੁੱਕ ਧੱਕਾ ਦੇਤੀ ਹੈ। ਤੇਰੇ ਕੋ ਧੱਕਾ ਦੇਤੀ ਹੈ, ਫਿਰ ਕੰਪਲੇਂਟ ਯੇ ਕਰਤੀ ਹੈ ਥਾਣਾ ਮੇ? ਸਰ ਮੈਂ ਮਰਦਾ ਹੋਇਆ ਕੰਪਲੇਂਟ ਦਿੱਤੀ ਹੈ। ਨਹੀਂ ਆਪ ਐਸੇ ਕਰੇ ਜੀ ਸਰ, ਆਪ ਐਸੇ ਕਰੇ ਸੁਬਹ ਆਪ ਆ ਜਾਣਾ, ਠੀਕ ਹੈ? ਸਰ ਮੈਂ ਕਮ ਸੇ ਕਮ 1 ਵਜੇ ਕਰੀਬ ਮੈਂ ਆਉਂਗਾ, 1.5 ਵਜੇ। 1 ਵਜੇ ਚਲੋ, ਇਸਕੋ ਵੀ ਬੋਲ ਦੇਣਾ ਵੀ ਆ ਜਾਏਗੀ। ਨਹੀਂ ਕੱਚਾ ਚਾਵਲ ਛੋਟੇ ਹੋਤੇ ਹੀ ਖਾਤੀ ਹੈ ਕਿ ਇਹ ਹੁਣ ਖਾਣੇ ਲੱਗੀ ਹੈ? ਸਰ ਅਭੀ 10 ਦਿਨ ਸੇ ਖਾ ਰਹੀ ਥੀ। ਨਹੀਂ ਚਾਵਲ ਪਹਿਲੇ ਵੀ ਖਾਤੀ ਹੈ ਕੱਚਾ ਚਾਵਲ? ਜੇ ਨਹੀਂ ਪਹਿਲੇ ਨਹੀਂ ਖਾਤੀ ਥੀ, ਪਹਿਲੇ ਨਹੀਂ ਸੀ ਖਾਤੀ। ਇਹ ਕਿਆ ਕਹਾ, ਇਸਕੋ ਡਾਕਟਰ ਕੋ ਦਿਖਾ ਦਿਓ ਵੀ ਕੱਚਾ ਚਾਵਲ ਕਿਉਂ ਖਾਤੀ ਹੈ? ਪਹਿਲੇ ਨਹੀਂ ਕਹਿਤੀ ਥੀ, ਅਭੀ 10 ਦਿਨ ਪਹਿਲੇ ਮੈਂ ਸਮਝਾ ਰਹਾ ਥਾ, ਰੋਜ਼ ਸਮਝਾਤਾ ਥਾ, ਰੋਜ਼ ਸਮਝਾਤਾ, 1 ਦਿਨ ਬਹੁਤ ਜ਼ਿਆਦਾ ਗੱਲ ਕੀ ਆ ਵੀ ਮੇਰਾ ਘਰ ਵਾਲਾ ਮੁਝਕੋ ਮਾਰਤਾ ਹੈ। ਆਪ ਬੋਲਦੇ ਹੋ ਵੀ ਜਦ ਇਹ ਕੱਚਾ ਚਾਵਲ ਖਾਤੀ ਹੈ ਤੋ ਮੈਂ ਇਸਕੋ ਰੋਕਦਾ ਹੂੰ, ਤੋ ਮੇਰੇ ਸੇ ਝਗੜਾ ਕਰਤੀ ਹੈ। ਹਾਂ ਇਸ ਲਈ ਮੈਂ ਮਾਰਾ ਥਾ ਅੱਜ। ਮੈਂ ਮੇਰੀ ਬਾਤ ਕਰਾਉਣਾ ਕ੍ਰਿਸ਼ਨਾ ਸੇ, ਕ੍ਰਿਸ਼ਮਾ ਸੇ ਬਾਤ। ਹੈਲੋ ਹਾਂਜੀ ਬੇਟਾ, ਕ੍ਰਿਸ਼ਮਾ ਕਿਆ ਕੱਚਾ ਚਾਵਲ ਖਾਤੀ ਹੈ? ਨਹੀਂ ਸਰ, ਕੱਚਾ ਚਾਵਲ ਨਹੀਂ ਖਾਇਆ। ਅਗਰ ਆਪਕੋ ਵਿਸ਼ਵਾਸ ਨਹੀਂ ਹੈ ਨਾ ਤਾਂ ਅਗਲ ਬਗਲ ਮੇਰੀ ਬਾਤ ਸੁਣੀਏ। ਇਹ ਬੋਲਤਾ ਹੈ ਵੀ ਮੈਂ ਇਹ ਕ੍ਰਿਸ਼ਮਾ ਕੱਚਾ ਚਾਵਲ ਖਾਤੀ ਹੈ। ਆਪ SHO ਸਾਹਿਬ ਕੋ ਆ ਕਰ ਦੱਸਣਾ ਹਮਾਰੇ ਕੋ ਭਈ ਇਹ ਮੈਂ ਕੱਚਾ ਚਾਵਲ ਨਹੀਂ ਖਾਤੀ ਹੂੰ, ਇਹ ਤੋ ਇਲਜ਼ਾਮ ਲਗਾਤਾ ਹੈ ਕੱਚਾ ਚਾਵਲ ਕਾ। ਨਹੀਂ ਸਰ, ਹਮ ਕੱਚਾ ਚਾਵਲ ਨਹੀਂ ਖਾਤੇ ਹੈ। ਇਹ ਆਪ ਬਣਾ ਕਰ ਖਾਤੇ ਹੋ? ਹਮ ਬਣਾ ਕਰ ਖਾਤੇ ਹੈ। ਜਬ ਸਰ ਮੈਂ ਯਹੀ ਕਹਤੀ, ਜਬ ਮੈਂ ਜਬ ਇਸਕੋ ਬਣਾ ਕਰ ਦੇ ਸਕਤੇ ਹੈ ਤਾਂ ਮੇਰੇ ਕੋ ਹੱਥ ਨਹੀਂ ਹੈ ਬਣਾ ਕਰ ਖਾਣੇ ਕੀ। ਨਹੀਂ ਆਪ ਐਸਾ ਕਰੋ, ਆਪ ਯਹਾਂ ਆਪ ਹੁਣ ਪੰਜਾਬ ਮੇ ਆ ਗਏ ਹੋ, ਆਪ ਥੋੜਾ ਥੋੜਾ ਆਟਾ ਖਾਣੇ ਲੱਗ ਜਾਓ। ਹੈਲੋ ਹੈਲੋ ਹਾਂਜੀ ਮੈਂ ਬੇਟੇ ਗੱਲ ਇਹ ਆ ਵੀ ਆਪ ਥੋੜਾ ਹੁਣ ਪੰਜਾਬ ਮੇ ਆ ਗਏ ਹੋ, ਆਟਾ ਖਾਣਾ ਸ਼ੁਰੂ ਕਰੋ ਥੋੜਾ। ਨਹੀਂ ਸਰ, ਅਬ ਅਬ ਇਹ ਝੂਠ ਬੋਲ ਰਹਾ ਹੈ, ਇਹ ਨਹੀਂ ਕਹੇਂਗੇ ਸਰ। ਅਬ ਇਸ ਆਪ ਕਿਤਨੇ ਵਜੇ ਖਾਣੇ ਮੇ ਆਓਗੇ? ਹਾਂ ਸਰ ਬੁਲਾਈਏ, ਹਮ ਆਏਂਗੇ। ਇਹ ਤਾਂ ਬੋਲਦਾ ਹੈ ਵੀ ਮੈਂ 1 ਵਜੇ ਆ ਜਾਊਂਗਾ। ਹਾਂ ਤਾਂ ਚਲਿਏ ਠੀਕ ਹੈ, ਹਮ ਵੀ 1 ਵਜੇ ਆਏਂਗੇ। ਔਰ ਕਿਆ, ਹਾਂ ਕੱਚਾ ਚਾਵਲ ਨਹੀਂ ਖਾਣਾ, ਮਤ ਖਾਣਾ ਕੱਚਾ ਚਾਵਲ। ਸਰ ਹਮ ਕੱਚਾ ਚਾਵਲ ਨਹੀਂ ਖਾਤੇ, ਮਗਰ ਅਬ ਇਸਸੇ ਮੈਂ ਬਹੁਤ ਤੰਗ ਹੋ ਗਏ ਹਾਂ। ਮੈਂ ਡਾਕਟਰ ਸਾਹਿਬ ਪੁੱਛ ਲੂੰਗਾ ਕੱਲ ਵੀ ਕੱਚਾ ਚਾਵਲ ਕਾ ਕਿਆ ਨੁਕਸਾਨ ਹੋਤਾ ਹੈ ਖਾਣੇ ਕਾ। ਅਬ ਲਾਸਟ ਯਹੀ ਕਾ ਕਰੇਂਗੇ, ਜਾਰੂ ਔਰ ਖਾ ਕਰ ਮਰ ਜਾਏਂਗੇ ਪੂਰਾ ਇਸਸੇ ਤੰਗ। ਨਾ ਪੁੱਤਰਾ ਕੱਚਾ ਚਾਵਲ ਨਹੀਂ ਖਾਏਂਗੇ। ਡੇਰਾ ਭਰ ਮੈਂ ਬਹੁਤ ਸਮਝਾ ਕਰ ਇਸਕੋ, ਸਭ ਕੋਈ ਹਾਰ ਗਿਆ ਹੈ ਅਬ। ਹੋਰ ਮੈਂ ਸਮਝਾਉਂਗਾ ਇਸਕੋ। ਅਬ ਕੰਪਲੇਨ ਵੀ ਲਿਖਵਾ ਕਰ ਦੋ ਦੋ ਬਾਤ ਕਰਾਣਾ ਇਸੇ ਇਸੇ ਬਾਤ ਕਰਾਣਾ। ਅਬ ਦੋ ਦੋ ਬਾਰ ਕੰਪਲੇਨ ਵੀ ਲਿਖਵਾ। ਜੀ ਸਰ, ਯਾ ਆਪਣੇ ਕੀ ਨਾਮ ਹੈ ਆਪਕਾ? ਆਕਾਸ਼ ਸਰ। ਹਾਂ ਆਕਾਸ਼, ਆਪ ਪੜ੍ਹੇ ਲਿਖੇ ਹੋ ਬੇਟੇ? ਕਿਤਨਾ ਪੜ੍ਹੇ ਹੋ? 9 ਸਰ। 9 ਪੜ੍ਹੇ ਹੋ ਆਪ ਬੇਟੇ? ਆਪ ਐਸਾ ਹੈ, ਇਹ ਤਾਂ ਬੋਲਦੀ ਹੈ ਵੀ ਚਾਵਲ ਕੀ ਤੋਂ ਬਾਤ ਹੀ ਨਹੀਂ। ਸਰ ਚਾਵਲ ਸਮਝੀ ਮੇਰੇ ਬਾਸ ਮੈਂ ਸਰ, ਇਹ ਖਾਣਾ ਖਾਣਾ ਵੀ ਖਾ ਲੇਗੀ, ਰੋਟੀ ਵੀ ਖਾ ਲੇਗੀ, ਸੋਨੇ ਸਮੇਂ ਕਿਆ ਕਰੇਗੀ, ਦੋ ਮੁੱਠਾ ਉਹਦਾ ਖਾ ਲੇਗੀ। ਦੋ ਮੁੱਠੀ ਖਾਤੀ ਹੈ? ਹਾਂ ਖਾਣਾ ਖਾਣੇ ਕੇ ਬਾਅਦ ਖਾਤੀ ਹੈ, ਖਾਣਾ ਖਾਣੇ ਕਾ ਪਹਿਲੇ ਵੀ ਖਾਤੀ ਹੈ। ਇਸਕੋ ਥੋੜਾ ਸਾ ਗੁੜ ਦੇ ਦਿਆ ਕਰੋ ਇਸਕੋ ਥੋੜਾ। ਇਹ ਦਵਾ ਕਾ ਜਿਸੇ ਖਾਤੀ ਹੈ, ਜਿਸਕੋ ਬੁਝਾਤਾ ਲਗਤਾ ਹੈ ਕਿ ਉਹ ਦਵਾ ਹੈ। ਇਸਕੋ ਬੇਟੇ ਐਸੇ ਕਰੋ, ਥਾਣਾ ਮੇ ਦਵਾਈ ਨਹੀਂ ਹੈ ਇਸ ਚੀਜ਼ ਕੀ, ਇਸਕੋ ਡਾਕਟਰ ਨੂੰ ਖਾਓ ਵੀ ਕੱਚਾ ਚਾਵਲ ਖਾਤੀ ਹੈ।
अब मैं क्या करूँ सर, अब कच्चा चावल खाएगी, मैं थोड़ा पैसा कमाने वाला हूँ, बीमारी हो जाएगा इसको, तो मैं क्या कर सकता हूँ? हाँ बीमारी हो जाएगी आपको, परेशानी हुई, आप फिर आ जाओ कल 1 बजे, आ जाओ दोनों जाना। अब उल्टा सीधा बोलती है इसका, आप कितने बजे आओगे? 1 बजे सर। हाँ 1 बजे आ जाओ। हाँ 1-1.5 बजे आ जाएंगे। ओके जी सर।